जी सत श्री अकाल। सो एक आपां मैं दो की वीडियो पाती सोशल स्टेटस, एक हुंदा सोशल नाउन, वह हुंदा भी समय के नाल नाल बदलता रहिंदा, ठीक है ना। स्टेटस है जिहड़ा काफी सेम ही रहिंदे आ स्टेटस, जिहड़े बंदे दे स्टेटस बदल जांदे बट जिहड़े लोकां नूं पता भी आ स्टेटस वह सेम ही रहिंदे आलमोस्ट। जिहड़े सोशल नाउन आ ना वह समय के नाल नाल बदलते रहिंदे, उहदे ते वी लोकी करदे आ भी हाँ भी एवें दा तां नहीं गा तां काम नहीं करना। ओदी एग्जाम्पल दिना मैं तेनू, एक एग्जाम्पल एग्जाम्पल लिया जो हम तो 30-40 साल पहला पिछे सोच लो, जो कोई बंदा जा कुड़ी अपने मन पसंद का विआह करवाउंदी ही, अपने पिंडां दी गल करदा अपने जिहड़े आपां जिथे आपां जम्मे पले मेजोरिटी जिहड़ी मैनू सुन रही आ, तो लोकी उहनू हेट करदे ही, उहनू माड़ा मन्निया जांदा ही, ठीक है। तो हो सकदा जिहड़े घर दे अपने हुण जे मान लो मेरी माता जां मेरा बापू होवे जाने भी रोक उन्होंने घरे भी उत्थे नहीं जाना, उन्होंने घरे नहीं जाना, यह साडी कुड़ी नूं भी विगाड़ूगी जां साडे मुंडे नूं भी विगाड़ूगा। यह सोशल ना होना तो कम वह भावें चज दा ही करदे होण, अगले भावें टीचर होण, तुसीं ट्यूशन ना पढ़ायो उहदे कोलों, यह सोशल ना होना। यह मौके ते टाइम टाइम ते चेंज हुंदे रहिंदे आ, ठीक है। तो अज कोई गल ही नहीं, अज लोकी जिहड़ा बंदा अरेंज मैरिज करदा कुड़ी करदी उहनूं थोड़ा जिहा क्वेश्चन करदे, हैं तूं एवें कर रिहा। ਇਹ ਸੋਸ਼ਲ ਨਾਉਣ ਹੁੰਦੇ ਆ। ਤੁਸੀਂ ਮੀਟ ਖਾਣਾ ਬਹੁਤ ਮਾੜਾ ਮੰਨਿਆ ਜਾਂਦਾ ਸੀ ਕਾਫੀ, ਹਨਾ ਦਾਰੂ ਪੀਣੀ, ਹੁਣ ਦਾਰੂ ਦੂਜੇ ਨਸ਼ੇ ਚ ਬਾਹਲਾ ਫਰਕ ਨੀ, ਦਾਰੂ ਇੰਨਾ ਕਿਹਾ ਲੀਗਲ ਹੋ ਗਈ, ਠੀਕ ਆ। ਦਾਰੂ ਤੁਸੀਂ ਟੇਬਲ ਤੇ ਬਹਿ ਕੇ ਫੈਮਿਲੀ ਚ ਦੇ ਵਿਚ ਬਹਿ ਕੇ ਪੀ ਸਕਦੇ ਆ, ਕਿਸੇ ਨਾਲ ਨੂੰ ਕੋਈ ਨੁਕਸਾਨ ਨੀ। ਕਈ ਅਜੇ ਵੀ ਕਰਦੇ ਹੋਣਗੇ ਵੀ ਹਾਂ ਸਾਡੇ ਘਰੇ ਸ਼ਰਾਬੀ ਨੀ ਹੋਣਾ ਚਾਹੀਦਾ, ਅਜੇ ਵੀ ਲੋਕਾਂ ਦੇ ਵਿਆਹ ਹੁੰਦੇ ਉਹ ਕਹਿ ਦਿੰਦੇ ਆ ਵੀ ਅਸੀਂ ਸ਼ਰਾਬ ਨੀ ਪਾਉਣੀ ਵੀ ਜਾਂ ਅਗਲਾ ਕੁੱਤਾ ਹੋਵੇ ਜਾਂ ਮੀਟ ਨੀ ਪਾਉਣਾ, ਹਨਾ। ਇਸੇ ਕਰਕੇ ਹੀ ਲੋਕਾਂ ਦੇ ਵਿਆਹ ਵੀ ਉਹ ਨਹੀਂ ਹੁੰਦੇ, ਸੋਸ਼ਲ ਨਾ ਹੋਣਾ ਵੀ ਉਹਨਾਂ ਵਾਸਤੇ ਉਹ ਮਾੜੀ ਆ ਚੀਜ਼ ਵੀ ਉਹਨਾਂ ਨੂੰ ਲੱਗਦਾ। ਇਸ ਕਰਕੇ ਇਹਦਾ ਮਤਲਬ ਵੀ ਉਹਨੂੰ ਐਵੇਂ ਦੇ ਦੇ ਵੀ ਉਹ ਨੀਵਾਂ ਆ ਬੰਦਾ ਜਿਹੜਾ ਇਹ ਕੰਮ ਕਰਦਾ, ਉਹ ਘਟੀਆ ਵਾ। ਇਹਨਾਂ ਗੱਲਾਂ ਤੋਂ ਉੱਪਰ ਉੱਠੀਏ ਆਪਾਂ, ਜ਼ਰੂਰਤ ਆ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਸੋਚਣ ਦੀ, ਕੰਮ ਕਰਨ ਦੀ। ਵੀ ਤੁਸੀਂ ਮੈਨੂੰ ਐਵੇਂ ਦੀ ਕਮੈਂਟ ਕਰੀ ਜਾਂਦੇ ਯਾਰ ਹੱਦ ਹੋ ਗਈ ਆ, ਵੀ ਮੈਂ ਜੋ ਮਰਜ਼ੀ ਖਾਵਾਂ ਪੀਵਾਂ ਇਹਨਾਂ ਗੱਲਾਂ ਦਾ ਕਿਸੇ ਨੂੰ ਮਤਲਬ ਨਹੀਂ ਹੋਣਾ ਚਾਹੀਦਾ, ਮੈਨੂੰ ਵੀ ਕਿਸੇ ਦੇ ਨਾਲ ਨਹੀਂ ਮਤਲਬ ਹੋਣਾ ਚਾਹੀਦਾ, ਉਹ ਕਿਹਨੂੰ ਮੰਨਦਾ ਕਿਹੜਾ ਰੱਬ ਆ ਉਹਦਾ, ਇਹ ਸਾਰੀਆਂ ਪਰਸਨਲ ਚੀਜ਼ਾਂ। ਰਿਲੀਜਨ ਵਾ ਜਿਹੜਾ ਪਰਸਨਲ ਆ, ਮੈਂ ਜਿਹਨੂੰ ਮਰਜ਼ੀ ਮੰਨਾਂ ਨਾ ਮੰਨਾਂ, ਹਨਾ। ਆਪਾਂ ਇਹ ਦੇਸ਼ਾਂ 'ਚ ਆਏ ਹਾਂ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ, ਉੱਪਰ ਉੱਠਿਆ ਸੀ ਇਹ ਦੇਸ਼ ਤਾਂਹੀਓ ਆਪਾਂ ਇੱਥੇ ਆਉਂਦੇ ਹਾਂ, ਜੇ ਉੱਥੇ ਹੀ ਫਸੇ ਰਹਿਣਾ ਸੀ ਉੱਥੇ ਹੀ ਰਹਿ ਜਾਣਾ ਸੀ ਆਪਾਂ। ਸੋ ਇਹਨਾਂ ਗੱਲਾਂ ਤੋਂ ਉੱਪਰ ਉੱਠੀਏ, ਇਹ ਦੇਖੀਏ ਵੀ ਕਿੱਥੇ ਆਪਾਂ ਨੂੰ ਫਾਇਦਾ ਹੁੰਦਾ, ਬੈਨੀਫਿਟ ਕਿੱਥੇ, ਆਪਣਾ ਪਰਸਨਲ ਦੇਖੀਏ। ਆਪਾਂ ਕਿਹੜਾ ਉੱਥੇ ਰਿਸ਼ਤੇਦਾਰੀਆਂ ਥੋੜ੍ਹੀ ਕਰਨੀਆਂ,